ਤੁਹਾਡੇ ਨਾਲ ਪੇਪਰ 2.3 ਅਸੈਸਮੈਂਟ ਫੋਰ ਲਰਨਿੰਗ ਦਾ ਇੱਕ ਯੂਨਿਟ 3 ਦਾ ਪਾਰਟ ਬੀ ਦਾ ਸਬ ਪਾਰਟ ਹੈ ਪਰਸੈਂਟਾਈਲ ਰੈਂਕ ਉਸ ਦੇ ਰਿਗਾਰਡਿੰਗ ਡਿਸਕਸ ਕਰਾਂਗੀ। ਇਸ ਟੋਪਿਕ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਮੀਨਿੰਗ ਸਮਝ ਲਵਾਂਗੇ ਅਸੀਂ ਵੀ ਪਰਸੈਂਟਾਈਲ ਹੁੰਦਾ ਕੀ ਹੈ। ਪਰਸੈਂਟਾਈਲ ਇੱਕ ਇਸ ਤਰ੍ਹਾਂ ਦੀ ਵੈਲਿਊ ਆ ਜਦੋਂ ਅਸੀਂ ਕਿਸੇ ਵੀ ਸਟੈਟ ਦੀ ਟੈਕਨੀਕ 'ਚ ਕੰਮ ਕਰਨਾ ਗਾ ਜਦੋਂ ਅਸੀਂ ਪ੍ਰਪੋਰਸ਼ਨ ਵੈਲਿਊਜ਼ ਫਾਈਂਡ ਆਊਟ ਕਰਨੀਆਂ ਨੇ ਕਿਸੇ ਵੀ ਸੀਰੀਜ਼ ਦੀਆਂ ਉਹਨੂੰ ਅਸੀਂ ਕਹਿੰਦੇ ਹਾਂ ਕਿ ਪਰਸੈਂਟਾਈਲ ਕਹਿੰਦੇ ਹਾਂ। ਅਤੇ ਪਰਸੈਂਟਾਈਲ ਜਿਹੜਾ ਗਾ ਸਟੈਟਿਕਲ ਟੈਕਨੀਕ ਜਾਂ ਸੀਰੀਜ਼ ਨੂੰ 100 ਇਕੁਅਲ ਪਾਰਟਸ 'ਚ ਡਿਵਾਈਡ ਕਰ ਦਿੰਦਾ। ਅਤੇ ਪਰਸੈਂਟਾਈਲ ਨੂੰ ਐਕਸਪ੍ਰੈਸ ਅਸੀਂ ਕਰਦੇ ਹਾਂ ਕੈਪੀਟਲ ਪੀ ਨਾਲ। ਪਰਸੈਂਟਾਈਲ ਦੇ ਵਿੱਚ ਕੀ ਆ, ਟੋਟਲ 99 ਪਰਸੈਂਟਾਈਲਸ ਹੋਣਗੇ ਕਿਸੇ ਵੀ ਸੀਰੀਜ਼ ਦੇ, ਕੋਈ ਵੀ ਤੁਸੀਂ ਸੀਰੀਜ਼ ਲੈ ਲਓ ਉਹਦੇ 'ਚ ਟੋਟਲ 99 ਪਰਸੈਂਟਾਈਲਸ ਹੋਣਗੇ। ਅਤੇ ਪਰਸੈਂਟਾਈਲਸ ਹਮੇਸ਼ਾ P1, P2, P3 ਅਪ ਟੂ P99 ਤੱਕ ਕੰਟੀਨਿਊ ਹੋਣਗੇ। ਅਸੀਂ ਕਿਸੇ ਵੀ ਪਰਸੈਂਟਾਈਲ ਦੀ ਵੈਲਿਊ, ਫੋਰ ਐਗਜ਼ਾਮਪਲ P74, P79, ਕਿਸੇ ਵੀ ਪਰਸੈਂਟਾਈਲ ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ। ਜਿਹੜਾ ਇਹਦੇ 'ਚ ਕੀ ਹੈਗਾ, ਬੇਸਿਕਲੀ ਕੁਛ ਵੈਲਿਊਜ਼ ਨੇ ਜਿਹੜੀਆਂ ਕੋਮਨ ਵੈਲਿਊਜ਼ ਨੇ, ਜੋ ਕਿਉਂਕਿ ਇਹਦੇ 'ਚ ਕੁਛ ਹੋਰ ਆਪਾਂ ਟਰਮਸ ਯੂਜ਼ ਕਰਦੇ ਲਾਈਕ ਮੀਡੀਅਨ, ਕੁਆਰਟਾਈਲ ਡੈਵੀਏਸ਼ਨ, ਸੋਰੀ ਕੁਆਰਟਾਈਲ ਵੈਲਿਊਜ਼। ਮੀਡੀਅਨ ਜੋ ਹੈ ਉਹ ਹਮੇਸ਼ਾ ਕੀ ਹੋਏਗਾ, ਮੀਡੀਅਨ ਵੈਲਿਊ ਜਿਹੜੀ ਹੋਏਗੀ ਉਹ ਪਰਸੈਂਟਾਈਲ 50 ਹੋਏਗੀ, ਐਂਡ ਕੁਆਰਟਾਈਲ ਜਿਹੜੇ ਹੋਣਗੇ ਉਹ P25 ਅਤੇ P75 ਹੋਣਗੇ। ਮੈਂ ਇਹਦੀ ਫਰਦਰ ਡਿਟੇਲਸ ਨਹੀਂ ਜਾਂਦੀ ਕਿਉਂਕਿ ਇਨ ਦਿਸ ਟਾਈਮ ਸਾਡਾ ਮੇਨ ਫੋਕਸ ਕੀ ਆ, ਪਰਸੈਂਟਾਈਲ ਰੈਂਕ ਦਾ ਹੈਗਾ, ਅਤੇ ਅਸੀਂ ਪਰਸੈਂਟਾਈਲ ਰੈਂਕ ਨੂੰ ਹੀ ਡਿਟੇਲ 'ਚ ਡਿਸਕਸ ਕਰਾਂਗੇ। ਪਰਸੈਂਟਾਈਲ ਰੈਂਕ ਕੀ ਆ, ਟਿਪੀਕਲੀ ਡਿਫਾਈਨ ਐਜ਼ ਅ ਪ੍ਰਪੋਰਸ਼ਨ ਆਫ ਦਾ ਸਕੋਰਸ ਇਨ ਅ ਡਿਸਟ੍ਰੀਬਿਊਸ਼ਨ ਦੈਟ ਅ ਸਪੈਸੀਫਿਕ ਸਕੋਰ ਇਜ਼ ਗ੍ਰੇਟਰ ਦੈਨ ਔਰ ਈਕੁਅਲ ਟੂ। ਮੀਨਸ ਇਹਨੂੰ ਜੇ ਡਿਫਾਈਨ ਕਰਦੇ ਹਾਂ ਜਾਂ ਇਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਐਗਜ਼ਾਮਪਲ ਨਾਲ ਐਕਸਪਲੇਨ ਕਰਾਂਗੇ। ਇਫ ਸਕੋਰ ਆਫ ਐਨ ਇੰਡੀਵਿਜੁਅਲ ਇਨ ਮੈਥਮੈਟਿਕਸ ਪੇਪਰ ਇਜ਼ 90 ਐਂਡ ਦਿਸ ਸਕੋਰ ਵਾਜ ਗ੍ਰੇਟਰ ਦੈਨ ਔਰ ਈਕੁਅਲ ਟੂ ਅ ਸਕੋਰ ਆਫ 82% ਆਫ ਦਾ ਇੰਡੀਵਿਜੁਅਲ ਟੇਕਿੰਗ ਦਾ ਟੈਸਟ, ਦੈਨ ਪਰਸੈਂਟਾਈਲ ਰੈਂਕ ਕਿੰਨਾ ਹੋਏਗਾ, 82। ਜਿਹਨੂੰ ਸਿੰਪਲ ਵੇ ਨਾਲ ਐਕਸਪਲੇਨ ਕਰੀਏ, ਪਰਸੈਂਟਾਈਲ ਰੈਂਕ ਆਫ ਅ ਸਕੋਰ ਇਜ਼ ਦਾ ਪਰਸੈਂਟੇਜ ਆਫ ਸਕੋਰਸ ਇਨ ਇਟਸ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਦੈਟ ਆਰ ਸੇਮ ਔਰ ਲੋਅਰ ਦੈਨ। ਇਹਦੇ 'ਚ ਕੈਲਕੂਲੇਟ ਕਰਨ ਲਈ ਜਦੋਂ ਅਸੀਂ ਪਰਸੈਂਟਾਈਲ ਰੈਂਕ ਨੂੰ ਕੈਲਕੂਲੇਟ ਕਰਨਾ ਤਾਂ ਡਿਪੈਂਡ ਕਰੇਗਾ ਵੀ ਸਾਡੇ ਕੋਲ ਸੀਰੀਜ਼ ਕਿਸ ਤਰ੍ਹਾਂ ਦੀ ਹੈ। ਜਿਸ ਤਰ੍ਹਾਂ ਦੀ ਸੀਰੀਜ਼ ਹੋਏਗੀ ਉਸ ਅਕੋਰਡਿੰਗ ਅਸੀਂ ਫਾਰਮੂਲਾ ਨੂੰ ਅਪਲਾਈ ਕਰਾਂਗੇ। ਮੈਂ ਇੱਥੇ ਤੁਹਾਡੇ ਨਾਲ ਦੋ ਤਰ੍ਹਾਂ ਦੀ ਸੀਰੀਜ਼ ਦੀ ਗੱਲ ਕਰਾਂਗੀ, ਇੱਕ ਕਰਾਂਗੇ ਡਿਸਕ੍ਰੀਟ ਸੀਰੀਜ਼ ਅਤੇ ਦੂਸਰੀ ਕਰਾਂਗੇ ਕੰਟੀਨਿਊ ਸੀਰੀਜ਼। ਲੈਟ ਸਟਾਰਟ ਵਿਦ ਡਿਸਕ੍ਰੀਟ ਸੀਰੀਜ਼। ਫੋਰ ਡਿਸਕ੍ਰੀਟ ਸੀਰੀਜ਼ ਜੋ ਫਾਰਮੂਲਾ ਸਾਡੇ ਕੋਲ ਹੋਏਗਾ ਉਹ ਫਾਰਮੂਲਾ ਇਹ ਵਾਲਾ ਹੋਏਗਾ, ਜਿਹਦੇ 'ਚ ਕੁਛ ਵੈਲਿਊਜ਼ ਨੇਗੀਆਂ ਜੋ ਤੁਹਾਨੂੰ ਦਿਖਾਈ ਦੇ ਰਹੀਆਂ ਨੇ। PR ਇਜ਼ ਇਕੁਅਲ ਟੂ 100 ਮਾਈਨਸ 100 R ਮਾਈਨਸ 50 ਓਵਰ N। ਫਾਰਮੂਲਾ ਇਸ ਤਰੀਕੇ ਨਾਲ ਹੀ ਲੱਗੇਗਾ। ਇਸ ਫਾਰਮੂਲਾ ਦੇ ਵਿੱਚ ਦੋ ਵੈਲਿਊ ਸਾਨੂੰ ਚਾਹੀਦੀਆਂ ਨੇ, ਇੱਕ ਹੈ R ਦੀ ਅਤੇ ਇੱਕ N ਦੀ। N ਕੀ ਆ, ਨੰਬਰ ਆਫ ਇੰਡੀਵਿਜੁਅਲ ਇਨ ਦਾ ਗਰੁੱਪ, R ਰੈਂਕ ਪੋਜੀਸ਼ਨ ਆਫ ਦਾ ਸਕੋਰ ਹੂਜ਼ ਪਰਸੈਂਟਾਈਲ ਰੈਂਕ ਇਜ਼ ਟੂ ਬੀ ਕੈਲਕੂਲੇਟਡ, ਮੀਨਸ ਜਿਹਦਾ ਅਸੀਂ ਪਰਸੈਂਟਾਈਲ ਰੈਂਕ ਕੈਲਕੂਲੇਟ ਕਰਨਾ ਜਿਸ ਵੈਲਿਊ ਦਾ, ਉਸ ਵੈਲਿਊ ਦੀ ਟੋਟਲ ਸਕੋਰ ਵਿੱਚ ਪੋਜੀਸ਼ਨ ਕੀ ਆ। ਪਹਿਲਾਂ ਸਾਨੂੰ ਪੋਜੀਸ਼ਨ ਦੇਖਣੀ ਪਏਗੀ, ਜੋ ਪੋਜੀਸ਼ਨ ਹੋਏਗੀ ਉਹ ਕੀ ਆ ਜਾਏਗਾ, ਆਂਸਰ ਆ ਜਾਏਗਾ। ਉਹਨੂੰ ਯੂਜ਼ ਕਰਕੇ ਅਸੀਂ ਵੈਲਿਊਜ਼ ਨੂੰ ਪੁੱਟ ਕਰਕੇ ਅਸੀਂ ਸਮ ਸੋਲਵ ਕਰ ਸਕਦੇ ਹਾਂ। ਮੈਂ ਇਹਦੇ ਲਈ ਸਟਾਰਟ ਕਰਾਂਗੀ ਇੱਕ ਸਮ ਦੇ ਨਾਲ। ਪ੍ਰੋਬਲਮ ਲੈ ਰਹੀ ਹਾਂ, ਸਕੋਰ 10 ਇੰਡੀਵਿਜੁਅਲ ਦੇ ਸਕੋਰ ਲਏ ਨੇ ਕਿਸੇ ਵੀ ਟੈਸਟ ਦੇ, ਅਤੇ ਇਹਨਾਂ ਸਕੋਰਸ ਦੇ ਬੇਸ 'ਤੇ ਪਰਸੈਂਟਾਈਲ ਰੈਂਕ ਫਾਈਂਡ ਆਊਟ ਕਰਨਾ 15 ਦਾ। ਅਤੇ 15 ਦਾ ਰੈਂਕ ਫਾਈਂਡ ਆਊਟ ਕਰਨ ਦੇ ਲਈ ਸਭ ਤੋਂ ਪਹਿਲਾ ਪ੍ਰੋਸੀਜਰ ਜੋ ਅਸੀਂ ਫੋਲੋ ਕਰਾਂਗੇ ਸਮ ਨੂੰ ਸੋਲਵ ਕਰਨ ਦੇ ਲਈ, ਸਕੋਰਸ ਨੂੰ ਅਰੇਂਜ ਕਰਾਂਗੇ ਡਿਸੈਂਡਿੰਗ ਆਰਡਰ ਦੇ ਵਿੱਚ। ਦੇਖੋ ਮੈਂ ਇੱਥੇ ਸਕੋਰ ਨੂੰ ਡਿਸੈਂਡਿੰਗ ਆਰਡਰ ਦੇ ਵਿੱਚ ਕੀਤਾ, ਅਰੇਂਜ ਕੀਤਾ ਗਾ। ਹਾਂਜੀ, ਅਰੇਂਜ ਕਰਨ ਤੋਂ ਬਾਅਦ ਫਾਰਮੂਲਾ ਮੈਂ ਦੁਬਾਰਾ ਤੋਂ ਇੱਕ ਵਾਰੀ ਡਿਸਪਲੇ ਕਰ ਰਹੀ ਹਾਂ ਕਿਉਂਕਿ ਫਾਰਮੂਲਾ ਤੁਹਾਡੇ ਸਾਹਮਣੇ ਹੋਏਗਾ, ਸਾਨੂੰ ਵੈਲਿਊ ਵੋਟ ਕਰਨੀ ਆ, ਈਜ਼ੀ ਹੋਣਗੀਆਂ। ਇਹਦੇ 'ਚ ਦੋ ਵੈਲਿਊਜ਼ ਰਿਕੁਆਇਰਡ ਨੇ ਸਾਨੂੰ, ਇੱਕ ਆਰ ਦੀ ਅਤੇ ਇੱਕ ਐਨ ਦੀ। ਆਰ ਕੀ ਆ, ਰੈਂਕ ਪੋਜੀਸ਼ਨ ਆਫ ਸਕੋਰ 15। ਰੈਂਕ ਪੋਜੀਸ਼ਨ ਆਫ ਸਕੋਰ 15 ਕੀ ਆ, ਧਿਆਨ ਨਾਲ ਜੇ ਅਸੀਂ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰੀਏ ਜਾਂ ਕਾਊਂਟ ਕਰਨ ਦੀ ਕੋਸ਼ਿਸ਼ ਕਰੀਏ, ਜਿਹੜਾ 15 ਨੰਬਰ ਆ ਉਹ 7 ਪਲੇਸ 'ਤੇ ਐਗਜਿਸਟ ਕਰ ਰਿਹਾ। ਅਤੇ ਟੋਟਲ ਐਨ ਕਿੰਨਾ, 10 ਇੰਡੀਵਿਜੁਅਲ ਨੇ। ਅਤੇ ਫਾਰਮੂਲੇ 'ਚ ਵੈਲਿਊ ਪੁੱਟ ਕਰਦੇ ਹਾਂ, 100 ਮਾਈਨਸ 100 ਇੰਟੂ ਆਰ, ਮਤਲਬ ਆਰ ਦੀ ਵੈਲਿਊ ਇੱਥੇ ਪੁੱਟ ਕਰਾਂਗੇ, 7 ਮਾਈਨਸ 50 ਡਿਵਾਈਡ ਬਾਈ 10। ਇੱਕ ਚੀਜ਼ ਧਿਆਨ ਦਿਓ, ਪਹਿਲਾਂ ਮੈਂ ਸਿਰਫ ਬ੍ਰੈਕਟ ਦੇ ਅੰਦਰ ਸੋਲਵ ਕਰ ਰਹੀ ਹਾਂ, ਬ੍ਰੈਕਟ ਨੂੰ ਮੈਂ ਓਪਨ ਨਹੀਂ ਕਰ ਰਹੀ। 100 ਮਾਈਨਸ 100 ਇੰਟੂ 7, 700 ਮਾਈਨਸ 50 ਡਿਵਾਈਡ ਬਾਈ 10, ਅਤੇ ਉਸ ਤੋਂ ਬਾਅਦ ਕੀ ਆ ਗਿਆ, 700 'ਚੋਂ 50 ਲੈਸ ਕੀਤੇ, 650 ਡਿਵਾਈਡ ਬਾਈ 10। ਅਤੇ ਜਿਹਨੂੰ ਅੱਗੇ ਵੀ ਫਰਦਰ ਧਿਆਨ ਨਾਲ ਦੇਖੀਏ ਤਾਂ ਇਹ ਆ ਗਿਆ 100, ਕਿਉਂਕਿ ਇੱਥੇ ਮੈਂ ਡਿਵਾਈਡ ਕਰ ਰਹੀ ਹਾਂ 650 ਨੂੰ 10 ਨਾਲ, 65।
ਅਤੇ 35। ਇਸ ਤਰੀਕੇ ਨਾਲ ਪਰਸੈਂਟਾਈਲ ਰੈਂਕ 15 ਦਾ ਕੀ ਆ ਗਿਆ 35। ਹੁਣ ਇਸੇ ਤਰ੍ਹਾਂ ਦਾ ਹੀ ਇੱਕ ਸਮ ਅਸੀਂ ਲੈ ਕੇ ਚੱਲਾਂਗੇ ਜਿਹਦੇ 'ਚ ਸੀਰੀਜ਼ ਕੀ ਹੋਏਗੀ, ਕੰਟੀਨਿਊ ਸੀਰੀਜ਼ ਹੋਏਗੀ। ਬਟ ਸਮ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰੀ ਅਸੀਂ ਫਾਰਮੂਲਾ ਡਿਸਕਸ ਕਰ ਲਈਏ ਵੀ ਕੰਟੀਨਿਊ ਸੀਰੀਜ਼ ਦੇ ਲਈ ਪਰਸੈਂਟਾਈਲ ਰੈਂਕ ਦਾ ਫਾਰਮੂਲਾ ਕੀ ਹੋਏਗਾ। ਫਾਰਮੂਲਾ ਬੇਸਿਕਲੀ ਇਹ ਡਿਸਪਲੇ ਕਰ ਰਹੀ ਹਾਂ ਮੈਂ, ਇਹ ਫਾਰਮੂਲਾ ਲੱਗੇਗਾ। ਇਸ ਫਾਰਮੂਲਾ ਦੇ ਵਿੱਚ ਕੁਛ ਵੈਲਿਊਜ਼ ਨੇ ਜੋ ਆ ਰਹੀਆਂ ਨੇ, ਧਿਆਨ ਨਾਲ ਦੇਖੋ। ਇੱਥੇ ਐਨ ਕੀ ਆ? ਟੋਟਲ ਨੰਬਰ। ਐਫ ਕਮਿਊਨਿਟੀ ਫਰੀਕੁਐਂਸੀ ਬਿਲੋ ਇੰਟਰਵਲ ਕੰਟੇਨਿੰਗ ਦਾ ਸਕੋਰ ਐਕਸ। ਐਲ ਐਕਚੁਅਲ ਲੋਅਰ ਲਿਮਿਟ। ਆਏ ਸਾਈਜ਼ ਆਫ ਕਲਾਸ ਇੰਟਰਵਲ। ਐਕਸ ਸਕੋਰ ਟੂ ਬੀ ਕੈਲਕੂਲੇਟਡ ਫੋਰ ਪਰਸੈਂਟਾਈਲ ਰੈਂਕ। ਐਫ ਫਰੀਕੁਐਂਸੀ ਵਿਦ ਇਨ ਕਲਾਸ। ਠੀਕ ਹੈ, ਫਾਰਮੂਲਾ ਕਲੀਅਰ ਆ? ਅਤੇ ਹੁਣ ਇਸ ਫਾਰਮੂਲਾ ਨੂੰ ਯੂਜ਼ ਕਰਕੇ ਸਮ ਸੋਲਵ ਕਰਾਂਗੇ ਕੰਟੀਨਿਊ ਸੀਰੀਜ਼ ਦਾ। ਕੰਟੀਨਿਊ ਸੀਰੀਜ਼ ਲਈ ਜੋ ਅਸੀਂ ਕੈਲਕੂਲੇਟ ਕਰਨਾ ਸਕੋਰ 25 ਦਾ ਕਰਨਾ ਗਿਵਨ ਟੇਬਲ ਦੇ ਵਿੱਚ। ਟੇਬਲ ਇੱਥੇ ਤੁਹਾਡੇ ਕੋਲ ਗਿਵਨ ਹੈ। ਟੇਬਲ 'ਚ ਮੈਂ ਪਹਿਲਾਂ ਹੀ ਇੱਕ ਚੀਜ਼ ਐਕਸਟਰਾ ਐਡ ਕਰ ਲਿੱਤੀ ਹੈ ਜੋ ਸਾਡੇ ਲਈ ਰਿਕੁਆਇਰਡ ਆ, ਕਮਿਊਨਿਟੀ ਫਰੀਕੁਐਂਸੀ। ਇੱਥੇ ਜੋ ਐਨ ਆ ਇਹ ਸਮ ਦੇ ਵਿੱਚ ਜੋ ਐਫ ਵੈਲਿਊ ਦਾ ਟੋਟਲ ਹੋਏਗਾ ਉਹ ਕੀ ਹੋਏਗਾ? ਐਨ ਵੈਲਿਊ ਹੋਏਗੀ। ਅਤੇ ਸੀ ਐਫ ਕੀ ਹੈਗਾ? ਕਮਿਊਨਿਟੀ ਫਰੀਕੁਐਂਸੀ। ਕਮਿਊਨਿਟੀ ਫਰੀਕੁਐਂਸੀ ਮੀਨ ਜਦੋਂ ਅਸੀਂ ਫਰੀਕੁਐਂਸੀ ਨੂੰ ਕਮਿਊਲੇਟ ਕਰਕੇ ਲਿਖਦੇ ਹਾਂ, ਦੈਟ ਇਜ਼ ਕਾਲਡ ਕਮਿਊਨਿਟੀ ਫਰੀਕੁਐਂਸੀ। ਇੱਥੇ ਅਸੀਂ ਫਰੀਕੁਐਂਸੀ ਨੂੰ ਸਟੈਪ ਬਾਏ ਸਟੈਪ ਐਡ ਕਰਦੇ ਜਾਵਾਂਗੇ, ਸਾਡੇ ਕੋਲ ਕਮਿਊਨਿਟੀ ਫਰੀਕੁਐਂਸੀ ਕ੍ਰੀਏਟ ਹੋ ਜਾਏਗੀ। ਫੋਰ ਐਗਜ਼ਾਮਪਲ, ਫਸਟ ਨੰਬਰ ਐਜ਼ ਇਟ ਇਜ਼ ਰਹੇਗਾ 2, 2 'ਚ 4 ਐਡ ਕੀਤੇ 6, 6 3 ਐਡ ਕੀਤੇ 9 ਐਂਡ ਸੋ ਔਨ। ਇਸ ਤਰੀਕੇ ਨਾਲ ਕਮਿਊਨਿਟੀ ਫਰੀਕੁਐਂਸੀ ਕ੍ਰੀਏਟ ਹੋ ਜਾਏਗੀ। ਦੈਨ ਨਾਓ ਸਟਾਰਟ ਵਿਦ ਦ ਸਮ। ਸਭ ਤੋਂ ਪਹਿਲਾਂ ਫਾਰਮੂਲਾ ਡਿਸਪਲੇ ਕਰ ਰਹੀ ਹਾਂ ਦੁਬਾਰਾ ਤੋਂ, ਕਿਉਂਕਿ ਸਾਡੇ ਸਾਹਮਣੇ ਹੋਏਗਾ ਫਾਰਮੂਲਾ, ਵੈਲਿਊਜ਼ ਪੁੱਟ ਕਰਨੀਆਂ ਈਜ਼ੀ ਹੋ ਜਾਣਗੀਆਂ। ਅਤੇ ਫਾਰਮੂਲਾ ਦੇ ਵਿੱਚ ਵੈਲਿਊਜ਼ ਮੈਂ ਪੁੱਟ ਕੀਤੀਆਂ ਨੇ ਇੱਥੇ, ਧਿਆਨ ਨਾਲ ਦੇਖੋ ਮੈਂ ਐਕਸਪਲੇਨ ਕਰ ਰਹੀ ਹਾਂ ਕਿਸ ਤਰੀਕੇ ਨਾਲ ਇਹ ਵੈਲਿਊਜ਼ ਪੁੱਟ ਕੀਤੀਆਂ ਨੇ। ਐਨ ਕੀ ਆ? ਮੈਂ ਆਲਰੇਡੀ ਦੱਸ ਚੁੱਕੀ ਹਾਂ ਐਫ ਦਾ ਟੋਟਲ, ਮੀਨਸ ਇੱਥੇ ਐਫ ਦਾ ਟੋਟਲ ਕਿੰਨਾ ਹੈਗਾ 20। ਅਤੇ ਐਫ ਦੀ ਵੈਲਿਊ ਲੈਣੀ ਹੈ। ਇੱਕ ਲਾਈਟ ਧਿਆਨ ਨਾਲ ਜੇ ਦੇਖੋਗੇ ਤਾਂ ਇੱਕ ਲਾਈਨ ਰੈੱਡ ਕਲਰ ਦੀ ਸ਼ੋਅ ਹੋ ਰਹੀ ਆ। ਰੈੱਡ ਕਲਰ ਦੀ ਲਾਈਨ ਸ਼ੋਅ ਕਰਨ ਦਾ ਮਤਲਬ ਕੀ ਹੈਗਾ? ਵੀ ਜਿਸ ਪਰਸੈਂਟਾਈਲ ਰੈਂਕ, ਜਿਸ ਸਕੋਰ ਦਾ ਪਰਸੈਂਟਾਈਲ ਰੈਂਕ ਅਸੀਂ ਫਾਈਂਡ ਆਊਟ ਕਰਨ ਲੱਗੇ ਹਾਂ ਉਹ ਕਿੰਨਾ ਸਕੋਰ ਆ? 25। 25 ਕਿੱਥੇ ਲਾਈ ਕਰ ਰਿਹਾ? 20-30 ਦੇ ਵਿੱਚ। ਇਸ ਕਰਕੇ ਮੈਂ ਇਸ ਲਾਈਨ ਨੂੰ ਹਾਈਲਾਈਟ ਕੀਤਾ ਅਤੇ ਸਾਡਾ ਫੋਕਸ ਇਸੇ ਲਾਈਨ 'ਤੇ ਹੋਏਗਾ। ਇਸ ਲਾਈਨ ਨੂੰ ਹੀ ਯੂਜ਼ ਕਰਕੇ ਅਸੀਂ ਪੂਰੇ ਦਾ ਪੂਰਾ ਸਮ ਕੀ ਕਰਨਾ ਗਾ? ਸੋਲਵ ਕਰਨਾ। ਐਫ ਕੀ ਆਏਗਾ? ਹਮੇਸ਼ਾ ਕਮਿਊਨਿਟੀ ਫਰੀਕੁਐਂਸੀ ਦੇ ਵਿੱਚ ਜਿੱਥੇ ਸਾਡਾ ਸਕੋਰ ਲਾਈ ਕਰ ਰਿਹਾ ਉਸ ਤੋਂ ਉੱਪਰ ਵਾਲੀ ਜਿਹੜੀ ਵੈਲਿਊ ਹੋਏਗੀ ਉਹ ਸਾਡੀ ਕੈਪੀਟਲ ਐਫ ਦੀ ਵੈਲਿਊ ਹੋਏਗੀ ਜਾਂ ਸੀ ਐਫ ਦੀ ਵੈਲਿਊ ਹੋਏਗੀ। ਅਤੇ ਇਹ ਕਿੰਨੀ ਆ ਰਹੀ ਆ? 6। ਐਕਸ ਕਿੰਨਾ ਗਾ? ਜਿਸ ਸਕੋਰ ਦਾ ਪਰਸੈਂਟਾਈਲ ਰੈਂਕ ਫਾਈਂਡ ਆਊਟ ਕਰਨਾ ਉਹ ਕੀ ਹੈ? ਸਾਡੀ ਐਕਸ ਦੀ ਵੈਲਿਊ ਹੈ। ਮਾਈਨਸ ਐਲ, ਐਲ ਕੀ ਆ ਗਿਆ? ਲੋਅਰ ਲਿਮਿਟ ਆਫ ਕਲਾਸ ਇੰਟਰਵਲ। ਲੋਅਰ ਲਿਮਿਟ ਕੀ ਆ ਕਲਾਸ ਇੰਟਰਵਲ ਦੀ? 20-30 ਆ। ਦੈਟ ਮੀਨਸ ਲੋਅਰ ਲਿਮਿਟ ਕਿੰਨੀ ਹੋ ਗਈ? 20। ਆਈ ਕੀ ਹੈਗਾ? ਕਲਾਸ ਇੰਟਰਵਲ ਡਿਫਰੈਂਸ। ਕਲਾਸ ਇੰਟਰਵਲ ਡਿਫਰੈਂਸ ਕਿੱਥੋਂ ਦੇਖਾਂਗੇ ਅਸੀਂ? ਜਿਵੇਂ 0-10, 10-20 ਆ, ਇਹਨਾਂ ਦਾ ਜਿਹੜਾ ਡਿਫਰੈਂਸ ਆ ਰਿਹਾ ਉਹ ਕਿੰਨਾ ਆ ਰਿਹਾ? 10 ਆ ਰਿਹਾ। ਇੰਟੂ ਸਮਾਲ ਐਫ, ਸਮਾਲ ਐਫ ਕੀ ਹੈਗਾ? ਜਿਸ ਕਲਾਸ ਇੰਟਰਵਲ 'ਚ ਸਾਡਾ ਸਕੋਰ ਲਾਈ ਕਰ ਰਿਹਾ ਉਹਦੇ ਸਾਹਮਣੇ ਜੋ ਐਫ ਦੀ ਵੈਲਿਊ ਆ ਰਹੀ ਆ ਉਹ ਵੈਲਿਊ ਕਿਹਦੀ ਹੋਏਗੀ? ਐਫ ਦੀ ਹੋਏਗੀ, ਜੋ ਅਸੀਂ ਇੱਥੇ ਫਾਰਮੂਲਾ ਦੇ ਵਿੱਚ ਪੁੱਟ ਕਰਾਂਗੇ। ਉਹ ਵੈਲਿਊ ਕਿੰਨੀ ਆ ਰਹੀ ਹੈ? 3। ਹੁਣ ਇਹਨੂੰ ਸੋਲਵ ਕਰਦੇ ਹਾਂ। ਬ੍ਰੈਕਟ ਦੇ ਬਾਹਰ 100/20 ਸੀ, ਕੱਟ ਕਟਾ ਕੇ ਵੈਲਿਊ ਕਿੰਨੀ ਆ ਗਈ? 5। ਇੱਥੇ ਕਿੰਨਾ ਗਾ? 6 ਐਜ਼ ਇਟ ਇਜ਼ ਰੱਖ ਰਹੀ ਹਾਂ, ਸਿਰਫ ਅੰਦਰ ਵਾਲੀ ਜਿਹੜੀ ਰਾਊਂਡ ਬ੍ਰੈਕਟ ਆ ਉਹਨੂੰ ਓਪਨ ਕਰਨ ਲੱਗੇ ਹਾਂ। ਰਾਊਂਡ ਬ੍ਰੈਕਟ ਕੀ ਆ? 25-30/10 ਦੀ ਰਾਊਂਡ ਬ੍ਰੈਕਟ ਆ। ਉਸ ਬ੍ਰੈਕਟ ਦੇ ਵਿੱਚ ਕੀ ਆ? 25 'ਚੋਂ 20 ਨੂੰ ਲੈਸ ਕਰਕੇ 5/10 × 3। ਨੈਕਸਟ ਸਟੈਪ ਦੇ ਵਿੱਚ ਮੈਂ ਸਿਰਫ 5/10 ਨੂੰ ਡਿਵਾਈਡ ਕਰਕੇ ਲਿਖਿਆ, ਹੋਰ ਕਿਸੇ ਵੈਲਿਊ ਨੂੰ ਚੇਂਜ ਨਹੀਂ ਕੀਤਾ। 5/10 ਮੀਨਸ 0.5। ਅਗਲੇ ਸਟੈਪ ਦੇ ਵਿੱਚ ਕੀਤਾ, 0.5 ਨੂੰ 3 ਨਾਲ ਪਹਿਲਾਂ ਮਲਟੀਪਲਾਈ ਕੀਤਾ, ਕਿੰਨਾ ਆਇਆ? 1.5। ਅਤੇ ਉਸ ਤੋਂ ਅਗਲੇ ਸਟੈਪ ਦੇ ਵਿੱਚ 6 ਨੂੰ 1.5 ਨਾਲ ਪਲੱਸ ਕਰ ਦਿੱਤਾ, 7.5। ਅਤੇ ਪੀ ਆਰ ਕਿੰਨਾ ਆ ਗਿਆ? 31.5। ਅਤੇ 31.5 ਅਸੀਂ ਪੀ ਆਰ ਨਹੀਂ ਲਿਖ ਸਕਦੇ, ਇਸ ਕਰਕੇ ਪਰਸੈਂਟਾਈਲ ਰੈਂਕ ਆਫ 25 ਕਿੰਨਾ ਆਇਆ? 31। 31 ਮੈਂ ਕਿਉਂ ਲੈ ਰਹੀ ਹਾਂ? ਮੈਂ ਇਸ ਫਿਗਰ ਨੂੰ ਰਾਊਂਡ ਅਪ ਕਰਕੇ ਲਿਖ ਰਹੀ ਹਾਂ, ਕਿਉਂਕਿ ਜਦੋਂ ਵੀ ਕੋਈ ਵੈਲਿਊ ਹੋਏਗੀ, ਜਿਵੇਂ ਫੋਰ ਐਗਜ਼ਾਮਪਲ 31.75 ਵੈਲਿਊ ਹੁੰਦੀ ਤਾਂ ਅਸੀਂ ਆਂਸਰ ਕਿੰਨਾ ਲਿਖਦੇ? 32। ਪਰ ਇੱਥੇ ਹੁਣ ਕਿੰਨਾ ਗਾ? 31.5 ਹੈ ਜਾਂ 31.5 ਤੋਂ ਲੈਸ ਹੁੰਦਾ ਤਾਂ ਆਂਸਰ ਕਿੰਨਾ ਆਉਣਾ ਸੀ? 31 ਆਉਣਾ ਸੀ। ਰੈਂਕ ਹਮੇਸ਼ਾ ਅਸੀਂ ਕੀ ਕਰਾਂਗੇ? ਰਾਊਂਡ ਅਪ ਕਰਕੇ ਲਿਖਾਂਗੇ। ਹੋਪ ਤੁਹਾਨੂੰ ਇਹ ਟੋਪਿਕ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਅਤੇ ਇਹਨੂੰ ਪ੍ਰੈਜੈਂਟੇਸ਼ਨ ਨੂੰ ਵਾਰੀ ਵਾਰੀ ਦੇਖੋਗੇ ਤਾਂ ਕਨਸੈਪਟ ਕਲੀਅਰ ਹੋ ਜਾਏਗਾ ਐਂਡ ਸਮ ਵੀ ਤੁਸੀਂ ਈਜ਼ੀਲੀ ਸੋਲਵ ਕਰ ਸਕਦੇ ਹੋ, ਚਾਹੇ ਉਹ ਸੀਰੀਜ਼ ਕੀ ਆ, ਡਿਸਕ੍ਰੀਟ ਸੀਰੀਜ਼ ਆ
ਜਾਂ ਕੰਟੀਨਿਊ ਸੀਰੀਜ਼ ਆ, ਅਤੇ ਇਹਦੇ ਨਾਲ ਤੁਹਾਡੀ ਇਸ ਪ੍ਰੈਕਟਿਸ ਜਦੋਂ ਕਰੋਗੇ ਤਾਂ ਸਮ ਈਜ਼ੀਲੀ ਸੋਲਵ ਹੋ ਜਾਣਗੇ, ਅਤੇ ਹੋਪ ਤੁਹਾਨੂੰ ਇਹ ਟੋਪਿਕ ਪ੍ਰੋਪਰਲੀ ਅੰਡਰਸਟੈਂਡ ਹੋ ਜਾਏਗਾ। ਥੈਂਕ ਯੂ, ਥੈਂਕ ਯੂ ਵਨ ਐਂਡ ਆਲ।